ਜੂ ਹੀ ਈਦ ਨੇੜੇ ਆਉਂਦੀ ਹੈ ਨਾ ਤੇ ਇੱਕ ਸ਼ੋਸ਼ਾ ਇੱਕ ਮਸਲਾ ਜਿਹੜਾ ਉਹ ਸੋਸ਼ਲ ਮੀਡੀਆ ਤੇ ਯੂਟਿਊਬ ਤੇ ਚੱਲਦਾ ਵੀ ਕੱਟੇ ਦੀ ਕੁਰਬਾਨੀ ਨਹੀਂ ਲੱਗਦੀ ਸੁਣਿਆ ਨਹੀਂ ਕਿ ਕੋਈ ਨਹੀਂ ਕੁਝ ਸਾਡੇ ਵੀਰ ਦੋਸਤ ਕਹਿੰਦੇ ਨੇ ਵੀ ਕੱਟੇ ਦੀ ਕੁਰਬਾਨੀ ਜਾਇਜ਼ ਨਹੀਂ ਕੱਟੇ ਦੀ ਬੈਂਸ ਦੀ ਕੁਰਬਾਨੀ ਜਾਇਜ਼ ਹੈ ਮਸਲਾ ਸੁਣੋ ਯਾਰ ਆ ਮੇਰੇ ਵੱਲ ਤੱਕੋ ਸਾਰੇ ਮਸਲਾ ਸੁਣਿਓ ਬੜੀਆਂ ਜ਼ਰੂਰੀ ਬਾਤਾਂ ਜੇ ਜ਼ਾਇਆ ਨਾ ਹੋ ਜਾਣ ਕੱਟੇ ਦੀ ਕੁਰਬਾਨੀ ਬੈਂਸ ਦੀ ਕੁਰਬਾਨੀ ਸਾਡੇ ਦੋਸਤ ਕੁਛ ਮਸਲਕ ਵਾਲੇ ਇੱਕ ਦੂਸਰੇ ਮਸਲਕ ਵਾਲੇ ਉਹ ਫਰਮਾਉਂਦੇ ਨੇ ਕਿਤਾਬਾਂ ਵਿੱਚ ਕਿ ਇਹਦੀ ਕੁਰਬਾਨੀ ਨਹੀਂ ਕਿਉਂਕਿ ਨਬੀ ਪਾਕ ਨੇ ਨਹੀਂ ਕੀਤੀ ਨਬੀ ਪਾਕ ਦੇ ਦੌਰ ਵਿੱਚ ਕੱਟੇ ਦੀ ਕੁਰਬਾਨੀ ਨਹੀਂ ਹੋਈ ਬੈਂਸ ਦੀ ਕੁਰਬਾਨੀ ਨਹੀਂ ਹੋਈ ਇਸ ਵਾਸਤੇ ਕੁਰਬਾਨੀ ਜਾਇਜ਼ ਨਹੀਂ ਕਿਉਂਕਿ ਨਬੀ ਪਾਕ ਨੇ ਕੀਤੀ ਇਹ ਮੈਂ ਉਹਨਾਂ ਦਾ ਇਤਰਾਜ਼ ਦੱਸਣ ਲੱਗਾ ਆਪਣਾ ਮੈਂ ਜਵਾਬ ਬਾਅਦ ਵਿੱਚ ਦਰਜ ਕਰਵਾਉਣ ਲੱਗਾ ਜੁਮਲੇ ਸੁਣਿਆ ਜੀ ਕਿ ਨਬੀ ਪਾਕ ਨੇ ਕੱਟੇ ਦੀ ਕੁਰਬਾਨੀ ਨਹੀਂ ਦਿੱਤੀ ਬੈਂਸ ਦੀ ਕੁਰਬਾਨੀ ਨਹੀਂ ਦਿੱਤੀ ਇਸ ਵਾਸਤੇ ਅੱਜ ਵੀ ਕੱਟੇ ਦੀ ਕੁਰਬਾਨੀ ਕਈ ਸਾਡੇ ਸੁੰਨੀਆਂ ਨੂੰ ਵੀ ਉਹ ਇਸ ਪਾਸੇ ਲਾ ਲੈਂਦੇ ਨੇ ਵੀ ਤੂੰ ਇੰਨੇ ਪੈਸੇ ਲਾਏ ਨੇ ਤੇਰੀ ਤਾਂ ਕੁਰਬਾਨੀ ਨਹੀਂ ਹੋਈ ਉਹ ਬੰਦਾ ਸੋਚਦਾ ਰਹਿੰਦਾ ਵੀ ਮੈਂ ਕਿਹੜੇ ਪਾਸੇ ਟੁਰ ਪਿਆ ਮੈਂ ਤਾਂ ਇੰਨਾ ਪੈਸਾ ਵੀ ਲੱਖ ਰੁਪਇਆ ਲਾ ਛੱਡਿਆ ਅਤੇ ਇਹਨਾਂ ਨੇ ਤੇਰੀ ਕੁਰਬਾਨੀ ਨਹੀਂ ਹੋਈ ਮਸਲਾ ਸਮਝਿਓ ਇਤਰਾਜ਼ ਇਹ ਹੁੰਦਾ ਕਿ ਨਬੀ ਪਾਕ ਨੇ ਕੁਰਬਾਨੀ ਕੱਟੇ ਦੀ ਨਹੀਂ ਕੀਤੀ ਇਹਦਾ ਜਵਾਬ ਸੁਣੋ ਜੀ ਪਹਿਲਾ ਜਵਾਬ ਤਾਂ ਇਹ ਵੇ ਕਿ ਨਬੀ ਪਾਕ ਦੇ ਦੌਰ ਵਿੱਚ ਉਸ ਇਲਾਕੇ ਵਿੱਚ ਨਾ ਮੱਝ ਸੀ ਅਤੇ ਨਾ ਹੀ ਕੱਟਾ ਸੀ ਇਹ ਮਸਲਾ ਸਮਝਿਓ ਯਾਰ ਬੜੀ ਮਿਹਰਬਾਨੀ ਅਰਬ ਦਾ ਇਲਾਕਾ ਗਰਮ ਹੈ ਗਰਮ ਇਲਾਕੇ ਵਿੱਚ ਨਾ ਬੈਂਸ ਸੀ ਅਤੇ ਨਾ ਹੀ ਕੱਟਾ ਸੀ ਜ਼ਿਆਦਾਤਰ ਊਂਟ ਅਤੇ ਬੇੜ ਅਤੇ ਬੱਕਰੀਆਂ ਪਾਈਆਂ ਜਾਂਦੀਆਂ ਸਨ ਉਸ ਇਲਾਕੇ ਦੇ ਅੰਦਰ ਉਸ ਦੌਰ ਵਿੱਚ ਨਾ ਕੱਟਾ ਸੀ ਅਤੇ ਨਾ ਹੀ ਬੈਂਸ ਸੀ ਉਸ ਇਲਾਕੇ ਦੇ ਅੰਦਰ ਹਜ਼ੂਰ ਨੇ ਆਪਣੇ ਇਲਾਕੇ ਦੇ ਅੰਦਰ ਜਿਹੜੇ ਜਾਨਵਰ ਸਨ ਉਹ ਜ਼ਿਬਾ ਕੀਤੇ ਸਨ ਪਹਿਲਾ ਜਵਾਬ ਤਾਂ ਇਹ ਕਿ ਹਜ਼ੂਰ ਦੇ ਦੌਰ ਵਿੱਚ ਇਹ ਹੈ ਹੀ ਨਹੀਂ ਸਨ ਉਸ ਇਲਾਕੇ ਵਿੱਚ ਪਾਏ ਨਹੀਂ ਗਏ ਅਗਰ ਪਾਏ ਜਾਂਦੇ ਤਾਂ ਹਜ਼ੂਰ ਕੁਰਬਾਨੀ ਕਰ ਛੱਡਣੀ ਸੀ ਪਹਿਲਾ ਜਵਾਬ ਦੂਸਰਾ ਜਵਾਬ ਅਲਾਮਾ ਇਬਨ ਅਲ ਮੁਨਜ਼ਰ ਰਹਿਮਤੁੱਲਾ ਅਲੈਹ ਨੇ ਆਪਣੇ ਆਪਣੀ ਕਿਤਾਬ ਦੇ ਅੰਦਰ ਲਿਖਿਆ ਕਿ ਇਹ ਜਿਹੜੀ ਬੈਂਸ ਹੈ ਨਾ ਬੈਂਸ ਇਹ ਗਾਏ ਦੀ ਇੱਕ ਕਿਸਮ ਹੈ ਜੁਮਲਾ ਸੁਣਿਆ ਜੇ ਗਾਏ ਦੀ ਇੱਕ ਕਿਸਮ ਹੈ ਜਿਵੇਂ ਗਾਏ ਉਂਝ ਬੈਂਸ ਉਹਦੀ ਇੱਕ ਕਿਸਮ ਹੈ ਇਹ ਵੇ ਦਰਿਆਈ ਜਾਨਵਰ ਬੈਂਸ ਤੁਸੀਂ ਅਕਸਰ ਵੇਖਿਆ ਜੇ ਪਾਣੀ ਵਿੱਚ ਖੁਸ਼ ਰਹਿੰਦੀ ਹੈ ਇਹ ਜਿਹੜੀ ਮੱਝ ਹੈ ਨਾ ਬੈਂਸ ਇਹ ਪਾਣੀ ਵਿੱਚ ਖੁਸ਼ ਰਹਿੰਦੀ ਹੈ ਅਤੇ ਜਿਹੜੀ ਗਾਏ ਵੇ ਇਹ ਪਾਣੀ ਕੋਲ ਡਰਦੀ ਹੈ ਵਿੱਚ ਵੜਨ ਤੋਂ ਡਰੇਗੀ ਲੇਕਿਨ ਮਸਲੇ ਨੂੰ ਸਮਝੋ ਅਗਰ ਇਹ ਕੱਟੇ ਦੀ ਕੁਰਬਾਨੀ ਜਾਇਜ਼ ਨਹੀਂ ਬੈਂਸ ਦੀ ਕੁਰਬਾਨੀ ਜਾਇਜ਼ ਨਹੀਂ ਤਾਂ ਇਹਦਾ ਦੁੱਧ ਪੀਣਾ ਜਾਇਜ਼ ਹੈ ਹੁਣ ਮਸਲੇ ਨੂੰ ਸਮਝੋ ਨਾ ਜੀ ਮੈਂ ਤਾਂ ਤੁਹਾਡੀ ਅਕਲ ਦੇ ਮੁਤਾਬਕ ਮਸਲਾ ਦੱਸ ਰਿਹਾ ਤਵੱਜੋ ਫਰਮਾਇਆ ਜੇ ਆਂਦੇ ਉਹ ਇਹਦਾ ਗੋਸ਼ਤ ਜਾਇਜ਼ ਨਹੀਂ ਇਹਦੀ ਕੁਰਬਾਨੀ ਜਾਇਜ਼ ਨਹੀਂ ਇਹ ਰੋਜ਼ਾਨਾ ਇੱਥੇ ਕੱਟੇ ਕਸਾਈ ਕਰਦੇ ਨੇ ਉੱਥੋਂ ਗੋਸ਼ਤ ਲੈ ਕੇ ਖਾਈ ਹੁੰਦੇ ਉਦੋਂ ਜਾਇਜ਼ ਹੋ ਜਾਂਦਾ ਅਤੇ ਕੁਰਬਾਨੀ ਵਿੱਚ ਜਾਇਜ਼ ਨਹੀਂ ਅਤੇ ਮੱਝ ਦਾ ਦੁੱਧ ਵੀ ਪੀਂਦੇ ਨੇ ਗਾਂ ਦਾ ਥੋੜ੍ਹਾ ਪੀਂਦੇ ਨੇ ਮੱਝ ਦਾ ਜ਼ਿਆਦਾ ਪੀਂਦੇ ਨੇ ਜੇ ਬਾਬਾ ਜੀ ਮੁਸਲਮਾਨ ਬਾਈਓ ਜੇ ਬੈਂਸ ਦਾ ਦੁੱਧ ਹਲਾਲ ਹੈ ਨਾ ਜੇ ਕੱਟੇ ਦਾ ਗੋਸ਼ਤ ਕਸਾਈ ਕਰਨ ਤਾਂ ਤੁਸੀਂ ਲੈ ਕੇ ਆ ਜਾਂਦੇ ਹੋ ਖਾਂਦੇ ਹੋ ਹਲਾਲ ਹੈ ਅਤੇ ਫਿਰ ਕੱਟਾ ਕੁਰਬਾਨੀ ਵਿੱਚ ਵੀ ਹਲਾਲ ਹੈ ਕੱਟਾ ਕੁਰਬਾਨੀ ਵਿੱਚ ਉਹਨਾਂ ਦੇ ਦੋ ਚੋਟੀ ਦੁਲਾਮਾ ਅਲਾਮਾ ਅਬਦੁਲ ਸਤਾਰ ਸਾਹਿਬ ਨੇ ਆਪਣੀ ਕਿਤਾਬ ਦੇ ਅੰਦਰ ਲਿਖਿਆ ਕਿ ਕੱਟੇ ਦੀ ਕੁਰਬਾਨੀ ਜਾਇਜ਼ ਹੈ ਬੈਂਸ ਦੀ ਕੁਰਬਾਨੀ ਜਾਇਜ਼ ਹੈ ਕਿ ਉਹ ਹਾਮਿਲਾ ਨਾ ਹੋਵੇ ਹਾਮਿਲਾ ਨਾ ਹੋਵੇ ਅਗਰ ਤੁਸੀਂ ਮਾਦਾ ਕਰਨਾ ਤਾਂ ਉਹਦੀ ਉਹ ਤਵੱਜੋ ਕਰਨੀ ਹੈ ਕਿ ਉਹ ਹਾਮਿਲਾ ਨਾ ਹੋਵੇ ਉਹਦੇ ਪੇਟ ਵਿੱਚ ਕੋਈ ਬੱਚਾ ਨਾ ਹੋਵੇ ਭਾਵੇਂ ਉਹ ਬੱਕਰੀ ਹੈ ਭਾਵੇਂ ਉਹ ਗਾਏ ਵੇ ਭਾਵੇਂ ਉਹ ਬੈਂਸ ਹੈ ਭਾਵੇਂ ਊਂਠਣੀ ਹੈ ਉਹਦੇ ਇਹ ਤਵੱਜੋ ਕਰਨੀ ਹੈ ਕਿ ਉਹਦੇ ਪੇਟ ਵਿੱਚ ਬੱਚਾ ਨਾ ਹੋਵੇ ਇਹ ਜ਼ਰਾ ਇਹਤਿਆਤ ਕਰਨੀ ਹੈ ਕਿ ਕੱਟੇ ਦੀ ਕੁਰਬਾਨੀ ਜਾਇਜ਼ ਹੈ ਬੈਂਸ ਦੀ ਕੁਰਬਾਨੀ ਜਾਇਜ਼ ਹੈ ਬੜੇ ਉਲਾਮਾ ਫੁਕਾਹਾ ਨੇ ਲਿਖਿਆ ਹੈ ਔਰ ਤੁਸੀਂ ਲੁਗਤ ਦੀਆਂ ਕਿਤਾਬਾਂ ਪੜ੍ਹੋ ਲੁਗਤ ਦੀਆਂ ਕਿਤਾਬਾਂ ਅੰਦਰ ਆਇਆ ਕਿ ਬੈਂਸ ਜਿਹੜੀ ਹੈ ਗਾਏ ਦੀ ਕਿਸਮ ਇੱਕ ਇਸ ਵਾਸਤੇ ਇਹਦੀ ਕੁਰਬਾਨੀ ਬੋਲੋ ਕੁਰਬਾਨੀ ਸਾਰੇ ਬੋਲੋ ਕੁਰਬਾਨੀ ਆ ਕੋਈ ਕਿਸੇ ਦੇ ਮਸਲੇ ਵਿੱਚ ਨਾ ਆਵੇ ਤਾਂ ਨਾ ਟੈਨਸ਼ਨ ਲਵੇ ਵੀ ਕੱਟੇ ਦੀ ਕੁਰਬਾਨੀ ਜਾਇਜ਼ ਨਹੀਂ ਕੱਟੇ ਦੀ ਕੁਰਬਾਨੀ ਜਾਇਜ਼ ਹੈ ਅਗਲਾ ਮਸਲਾ ਸੁਣੋ ਜੀ